ਅਲਫਾ ਓਮੇਗਾ ਚੱਕ ਜਵਾਹਰ ਨਗਰ ਅੰਮ੍ਰਿਤਸਰ ਨੇ ਵੰਡਿਆ ਲੋਕਾਂ ਨੂੰ ਰਾਸ਼ਨ। ਇਸ ਮੌਕੇ ਪਾਸੇ ਗੁਰਮੰਤ ਰਾਜਾ ਜੀ ਨੇ ਕਿਹਾ ਕਿ ਜੇਕਰ ਤੁਸੀਂ ਵੀ ਸਾਡੇ ਨਾਲ ਇਸ ਕੰਮ ਵਿੱਚ ਸਹਿਯੋਗੀ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹਾਲੇਲੂਇਆ ਹਾਲੇਲੂਇਆ। ਸੋ ਆਪ ਸਭ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ। ਪਰਮੇਸ਼ਰ ਆਪ ਸਭ ਨੂੰ ਬਰਕਤ ਦੇਵੇ। ਸੋ ਮੈਂ ਆਸ਼ਾ ਰੱਖਦਾ ਹਾਂ, ਮੈਂ ਵਿਸ਼ਵਾਸ ਰੱਖਦਾ ਹਾਂ ਕਿ ਆਪ ਸਭ ਠੀਕ ਹੋ, ਪ੍ਰਭੂ ਦੀ ਦਇਆ ਦੇ ਨਾਲ, ਪਰਮੇਸ਼ਵਰ ਦੇ ਵਚਨਾਂ ਦੇ ਮੁਤਾਬਕ ਆਪ ਜ਼ਿੰਦਗੀ ਜੀ ਰਹੇ ਹੋ, ਚੱਲ ਰਹੇ ਹੋ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਵਾਂ। ਔਰ ਖਾਸ ਕਰ ਇੱਕ ਵਿਸ਼ੇਸ਼ ਗੱਲ ਮੈਂ ਦੱਸਣਾ ਚਾਹੁੰਦਾ ਵਾਂ, ਜੋ ਇਸ ਵਕਤ ਸਾਡੇ ਪੂਰੇ ਭਾਰਤ ਦੇਸ਼ ਦੇ ਵਿੱਚ ਆਪ ਸਭ ਨੂੰ ਪਤਾ ਹੈ ਕਰਫਿਊ ਲੱਗਾ ਹੋਇਆ ਹੈ। ਸੋ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੇ ਕੋਲ ਇਸ ਵਕਤ ਖਾਣ ਦੇ ਲਈ ਭੋਜਨ ਨਹੀਂ ਆ। ਸੋ ਅਸੀਂ ਆਪਣੀ ਚਰਚ ਦੀ ਵੱਲੋਂ, ਅਲਫਾ ਓਮੇਗਾ ਚਰਚ ਮਿਨਿਸਟਰੀ ਦੇ ਵੱਲੋਂ, ਜੋ ਸਾਨੂੰ ਖੁਦਾ ਨੇ ਬਖਸ਼ਿਆ ਹੈ ਉਹਦੇ ਵਿੱਚੋਂ ਅਸੀਂ ਪਰਮੇਸ਼ਵਰ ਦੇ ਲੋਕਾਂ ਦੀ ਹੈਲਪ ਕਰਨ ਦੇ ਲਈ ਜਾ ਰਹੇ ਹਾਂ, ਜਿਨ੍ਹਾਂ ਕੋਲ ਘਰਾਂ ਦੇ ਕੋਲ ਵਿੱਚ ਆਟਾ ਨਹੀਂ ਆ, ਅਨਾਜ ਨਹੀਂ ਆ, ਉਹਨਾਂ ਨੂੰ ਪ੍ਰੋਵਾਈਡ ਕਰਨ ਦੇ ਲਈ ਦੇਣ ਦੇ ਲਈ ਜਾ ਰਹੇ ਹਾਂ। ਸੋ ਮੇਰੀ ਆਪ ਸਭ ਦੇ ਅੱਗੇ ਰਿਕੁਐਸਟ ਹੈ, ਬੇਨਤੀ ਹੈ। ਸੋ ਆਪ ਜੋ ਕੋਈ ਵੀ ਇਸ ਕਲੀਸੀਆ ਦੇ ਨਾਲ ਜੁੜ ਕੇ ਹੈਲਪ ਕਰਨਾ ਚਾਹੁੰਦਾ ਹੈ, ਇਹ ਚਰਚ ਦੇ ਨਾਲ ਮਿਲ ਕੇ ਮਦਦ ਕਰਨਾ ਚਾਹੁੰਦਾ ਹੈ ਉਸ ਉਹਨਾਂ ਲੋਕਾਂ ਦੀ ਜਿਨ੍ਹਾਂ ਕੋਲ ਖਾਣਾ ਨਹੀਂ ਹੈ ਖਾਣ ਦੇ ਲਈ, ਸੋ ਆਪ ਸਾਡੇ ਨੰਬਰ 'ਤੇ ਤੁਸੀਂ ਕਨੈਕਟ ਕਰ ਸਕਦੇ ਹੋ। ਮੇਰਾ ਨੰਬਰ ਹੈ 9781869835, 9781869835 ਇਹ ਸਾਡਾ ਮੋਬਾਈਲ ਨੰਬਰ ਹੈ। ਤੁਸੀਂ ਇਸ ਮਿਸ਼ਨ ਦੇ ਨਾਲ ਜੁੜ ਕੇ, ਇਸ ਚਰਚ ਦੇ ਨਾਲ ਜੁੜ ਕੇ ਪਰਮੇਸ਼ਵਰ ਦੇ ਲੋਕਾਂ ਦੀ ਸੇਵਾ ਕਰ ਸਕਦੇ ਹੋ। ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ। ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ, ਨੈਵਰ ਮਿਸ ਐਨ ਅਪਡੇਟ।